ਕਿ ਅੰਮ੍ਰਿਤਸਰ ਤੋਂ 30 ਕਿਲੋਮੀਟਰ ਸਫ਼ਰ ਤੈਅ ਕਰਕੇ ਫਿਰ ਆ ਕੇ ਕਿਰਤ ਕਰਨੀ ਪੈਂਦੀ ਆ। ਇੰਨਾ ਜ਼ਿੰਦਗੀ ਸੰਘਰਸ਼ ਕਿਉਂ ਕਰਨਾ ਪੈਂਦਾ? ਬਾਬਾ ਜੀ ਦੀ ਰਜ਼ਾ ਹੈ, ਬਾਬਾ ਜੀ ਨੂੰ ਜੋ ਮਨਜ਼ੂਰ ਹੈ ਉਹਨਾਂ ਨੂੰ ਮਨਜ਼ੂਰ ਹੈ। ਜੇ ਤੁਸੀਂ ਇੱਥੇ ਕਿਰਤ ਕਰਨੀ ਹੈ, ਕਿਰਤ ਕਰਕੇ ਤੁਸੀਂ ਆਪਣਾ ਘਰ ਚਲਾਉਣਾ, ਬੱਚਿਆਂ ਨੂੰ ਪਾਲਣਾ, ਤਾਂ ਫਿਰ ਅਸੀਂ ਇੱਥੇ ਆ ਕੇ ਕਰ ਦੇਵੇ। ਪੜ੍ਹੇ ਲਿਖੇ ਕਿੰਨੇ ਤੁਸੀਂ ਦੋਵੇਂ ਜੀ ਜਿਹੜੇ? ਅਸੀਂ ਮੈਂ ਪਲੱਸ ਟੂ ਕੀਤੀ, ਮੇਰੇ ਹਸਬੈਂਡ ਨੇ BA ਕੀਤੀ ਹੋਈ ਹੈ, ਅਤੇ ਉਸ ਤੋਂ ਬਾਅਦ ਮੈਂ ਆਇਲਸ ਵੀ ਕੀਤੀ ਹੈ, ਹੁਣ ਵੀ ਆਪਣਾ ਰੈਗੂਲਰ ਕਰਦੇ ਪਏ ਹਾਂ। ਅਤੇ ਆਪਣੇ ਆਪ ਨੂੰ ਅਵੇਅਰ ਰੱਖੀਦਾ, ਪੜ੍ਹੀਦਾ, ਔਰ ਬੁੱਕਸ ਪੜ੍ਹੀ ਦੀਆਂ, ਹਰ ਚੀਜ਼ ਕਰੀ ਦੀ ਹੈ। ਨਾਲ ਦੀ ਨਾਲ ਅਸੀਂ ਇਹ ਤਾਂ ਕੀਤਾ ਕਿ 8 ਈਅਰਸ ਜੋਬ ਕੀਤੀ ਪਹਿਲਾਂ, ਇਹਨਾਂ ਨੇ ਵੀ ਕੀਤੀ, ਮੈਂ ਵੀ ਕੀਤੀ, ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ। ਫਾਇਦਾ ਉਹਨਾਂ ਨੂੰ ਸੀ ਜਿਨ੍ਹਾਂ ਲਈ ਆਪਾਂ ਜੋਬ ਕਰਦੇ ਸੀ। ਨਾਂ ਬਹੁਤ ਸੋਹਣਾ ਰੱਖਿਆ ਆਪਣੀ ਤੁਸੀਂ ਫਾਸਟ ਫੂਡ ਦਾ, ਉਸਤਤ ਫਾਸਟ ਫੂਡ, ਇਹ ਕਿਸ ਦਾ ਜਹਿਨ 'ਚ ਆਇਆ, ਕਿੱਥੋਂ ਜਿਹੜੀਆਂ ਇੰਨੀਆਂ ਸੋਹਣੇ ਸ਼ਬਦ ਚੁੱਕੇ ਨੇ? ਡਰਾਈਵਰੀ ਵੀ ਕੀਤੀ, ਗਨਮੈਨ ਦੀ ਵੀ ਜੋਬ ਕਰਦਾ ਰਿਹਾ, ਅਤੇ ਮਤਲਬ ਲਗਾਤਾਰ 10 ਸਾਲ ਜੋਬ ਕੀਤੀ। ਲੱਗਦਾ ਇਹ ਚੀਜ਼ ਦਾ ਕਿਰਤ ਕਰ ਰਹੇ ਹਾਂ, ਕਿਰਤ ਕਰਨ 'ਚ ਸ਼ਰਮ ਕਰਦੀ ਆ। ਵੇਖੋ ਕਿਸੇ ਦਾ ਕੋਈ ਡਰ ਨਹੀਂ ਆ, ਕਿਸੇ ਦੇ ਚੋਰੀ ਦਾ ਡਰ ਹੋ ਸਕਦਾ, ਕਿਰਤ ਦਾ ਕੋਈ ਡਰ ਨਹੀਂ ਆ, ਪਰ ਉਹ ਰਿਸ਼ਤੇਦਾਰ ਭੈਣ ਭਰਾ ਕਿਉਂ ਜਦੋਂ ਚੰਗੇ ਸੀ ਉਦੋਂ ਸਾਡੇ ਆ, ਅਤੇ ਜਦੋਂ ਅਸੀਂ ਮਾੜੇ ਹੋ ਗਏ ਹਾਂ ਅਤੇ ਸਾਡੇ ਤੋਂ ਦੂਰ ਕਿਉਂ ਹੋ ਜਾਂਦੇ ਨੇ? ਇੱਥੋਂ ਮਤਲਬ ਕਿਲੋਮੀਟਰ ਵੀ ਨਹੀਂ ਆ, ਮਤਲਬ 4-5 ਸਾਰੀ ਰਿਸ਼ਤੇਦਾਰੀ ਮਤਲਬ ਅੰਮ੍ਰਿਤਸਰ ਦੇ ਵਿੱਚ, ਮਤਲਬ ਰਾਤ ਨੂੰ ਸਾਨੂੰ ਫੋਨ ਆ ਜਾਂਦਾ ਕਿ ਮਤਲਬ ਕਿਸੇ ਦਾ ਵੀ ਆ ਜੇ ਵੀ ਤੁਸੀਂ ਟਾਈਮ ਨਾਲ ਘਰ ਚਲ ਜਾਓ, ਮਤਲਬ ਇੱਧਰ ਨਾ ਆ ਜਾਓ, ਸਾਡੇ ਵੱਲ ਨਾ ਆ ਜਾਓ। ਭੈਣਾਂ ਵੀ ਇਹ ਵੀ ਪਤਾ ਲੱਗਾ ਵੀ ਤੁਸੀਂ ਪਹਿਲਾਂ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਮੈਨੇਜਰ ਦੀ ਨੌਕਰੀ ਕਰਦੇ ਸੀ, ਇੱਕ ਬੜਾ ਵੱਡਾ ਅਹੁਦਾ ਹੁੰਦਾ ਮੈਨੇਜਰ ਦਾ, ਅਤੇ ਇੱਕ ਸੜਕ ਦੇ ਉੱਤੇ ਖਲੋ ਕੇ ਫਾਸਟ ਫੂਡ ਰੇਹੜੀ ਲਾਉਣੀ ਬੜਾ ਔਖਾ ਕੰਮ ਆ। ਉਹ ਸੀ ਬੇਗਾਨਾ, ਇਹ ਹੁਣ ਆਪਣਾ ਓਨੀ ਜਿੰਨੀ ਉੱਥੇ ਮਿਹਨਤ ਕੀਤੀ ਉਹਨਾਂ ਦੁੱਗਣੀ ਇੱਥੇ ਕਰਾਂਗੇ। ਮਤਲਬ ਜਿਹਦਾ ਚਾਰ ਬੰਦਿਆਂ ਨੇ ਬਰਾਬਰ ਦਾ ਕੰਮ ਅਸੀਂ ਦੋਨਾਂ ਜੀ ਕਰਦੇ ਹਾਂ, ਇਹਨੂੰ ਮੇਰਾ ਸਾਥ, ਮੈਨੂੰ ਇਹਦਾ ਸਾਥ ਆ, ਅਸੀਂ ਬਸ ਇਹ ਇੱਕ ਦੂਜੇ ਦੀ ਲੰਮੀ ਉਮਰ ਅਸੀਂ ਮਨ ਮੰਗਦੇ ਹਾਂ ਵੀ ਸਾਡਾ ਸਾਥ ਬਣਿਆ ਰਹੇ ਬਸ ਇੱਦਾਂ। ਅਤੇ ਅਸੀਂ ਸਾਰਿਆਂ ਨੂੰ ਹੀ ਇਹੀ ਕਹਾਂਗੇ ਕਿ ਅਸੀਂ ਅਗਰ 4 ਚੀਜ਼ਾਂ ਬਣਾਉਂਦੇ ਹਾਂ ਤਾਂ ਪੂਰੀ ਸਫਾਈ ਨਾਲ, ਧਿਆਨ ਨਾਲ ਬਣਾਈ ਦੀਆਂ ਨੇ, ਤੁਹਾਡੇ ਟੇਸਟ ਦੇ ਅਕੋਰਡਿੰਗਲੀ ਬਣਾਵਾਂਗੇ, ਕੋਈ ਮਿਰਚ ਵੱਧ ਘੱਟ ਨਹੀਂ, ਇਹ ਵੀ ਦੱਸ ਦਈਏ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ, ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਦੇ ਸ਼ਹੀਦਾਂ ਸਾਹਿਬ ਚੌਂਕ ਦੀਆਂ, ਜਿੱਥੇ ਕਿ ਇੱਕ ਗੁਰਸਿੱਖ ਜੋੜਾ ਜਿਹੜਾ ਕਿ ਫਾਸਟ ਫੂਡ ਰੇਹੜੀ ਲਗਾ ਰਿਹਾ ਵਾ, ਅਤੇ ਤੁਹਾਨੂੰ ਤਸਵੀਰਾਂ ਜ਼ਰੂਰ ਸਾਂਝੀ ਕਰਾਂਗੇ ਉਸ ਰੇਹੜੀ ਦੀਆਂ ਜਿਸ ਦਾ ਨਾਂ ਰੱਖਿਆ ਗਿਆ ਉਸਤਤ, ਅਤੇ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ। ਇਹ ਦੋਵੇਂ ਪਤੀ ਪਤਨੀ ਨੇ, ਅਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਵੀ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਇੱਕ ਪਿੰਡ ਆ, ਉੱਥੋਂ ਸਫ਼ਰ ਜਿਹੜਾ ਤੈਅ ਕਰਕੇ ਇਹ ਪਰਿਵਾਰ ਦੋਵੇਂ ਜੀ ਜਿਹੜੇ ਕਿ ਮਿਹਨਤ ਕਰਦੇ, ਹੱਥੀਂ ਕਿਰਤ ਕਰਦੇ ਨੇ ਸ਼ਹੀਦਾਂ ਸਾਹਿਬ ਗੁਰਦੁਆਰੇ ਦੇ ਬਿਲਕੁਲ ਬਾਹਰ, ਜਿਹੜਾ ਕਿ ਇਹਨਾਂ ਨੇ ਆਪਣੀ ਫਾਸਟ ਫੂਡ ਜਿਹੜੀ ਲਗਾਈ ਹੋਈ ਆ, ਅਤੇ ਤੁਹਾਡੀ ਗਾੜੀ ਬੇਨਤੀ ਵੀ ਕਰਦੇ ਹਾਂ ਵੀ ਇਹਨਾਂ ਦਾ ਪੂਰਾ ਸਾਥ ਵੀ ਦਿਓ। ਜ਼ਿੰਦਗੀ ਬਾਰੇ ਜ਼ਰੂਰ ਪੁੱਛਾਂਗੇ ਵੀ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਇਹ ਸਮਾਂ ਲੰਘ ਗਿਆ, ਇੱਕ ਦੂਜੇ ਦਾ ਸਾਥ ਦੇ ਰਹੇ ਨੇ। ਗੱਲਬਾਤ ਕਰਾਂਗੇ ਭੈਣ ਕਿਰਨ ਸਾਡੇ ਨਾਲ ਆ, ਸਭ ਤੋਂ ਪਹਿਲੇ ਭੈਣੇ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ। ਭੈਣੇ ਜ਼ਿੰਦਗੀ ਦਾ ਸਫ਼ਰ ਕਿਸ ਤਰ੍ਹਾਂ ਚੱਲਦਾ ਵਾ, ਦਰਸ਼ਕਾਂ ਜ਼ਰੂਰ ਸਾਂਝਾ ਕਰ ਦਿਓ, ਕਿਉਂਕਿ ਜਿਵੇਂ ਦੱਸਿਆ ਵੀ ਇਹਨੇ ਮੈਨੂੰ ਸਿਮਰਨ ਨੇ
ਵੀ ਅੰਮ੍ਰਿਤਸਰੋਂ 30 ਕਿਲੋਮੀਟਰ ਸਫ਼ਰ ਤੈਅ ਕਰਕੇ ਫਿਰ ਆ ਕੇ ਕਿਰਤ ਕਰਨੀ ਪੈਂਦੀ ਆ, ਇੰਨਾ ਜ਼ਿੰਦਗੀ ਸੰਘਰਸ਼ ਕਿਉਂ ਕਰਨਾ ਪੈਂਦਾ? ਬਾਬਾ ਜੀ ਦੀ ਰਜ਼ਾ ਹੈ, ਬਾਬਾ ਜੀ ਨੂੰ ਜੋ ਮਨਜ਼ੂਰ ਹੈ ਉਹਨਾਂ ਨੂੰ ਮਨਜ਼ੂਰ ਹੈ ਜੀ। ਤੁਸੀਂ ਇੱਥੇ ਕਿਰਤ ਕਰਨੀ ਹੈ, ਕਿਰਤ ਕਰਕੇ ਤੁਸੀਂ ਆਪਣਾ ਘਰ ਚਲਾਉਣਾ, ਬੱਚਿਆਂ ਨੂੰ ਪਾਲਣਾ, ਅਤੇ ਫਿਰ ਅਸੀਂ ਇੱਥੇ ਆ ਕੇ ਕਰਦੇ ਪਏ। ਅਤੇ ਮੈਨੂੰ ਇਸ ਭੈਣ ਫਾਸਟ ਫੂਡ ਹੀ ਕਿਉਂ ਚੁਣਿਆ? ਹੋਰ ਹੀ ਕੰਮ ਬੜੇ ਸੀ, ਅਤੇ ਤੁਸੀਂ ਮੈਨੂੰ ਦਰਸ਼ਕਾਂ ਤੋਂ ਦੱਸ ਦਿਓ ਵੀ ਪੜ੍ਹੇ ਲਿਖੇ ਕਿੰਨੇ ਤੁਸੀਂ ਦੋਵੇਂ ਜੀ ਜਿਹੜੇ? ਵਾਹਿਗੁਰੂ, ਅਸੀਂ ਮੈਂ ਪਲੱਸ ਟੂ ਕੀਤੀ, ਮੇਰੇ ਹਸਬੈਂਡ ਨੇ BA ਕੀਤੀ ਹੋਈ ਹੈ, ਅਤੇ ਉਸ ਤੋਂ ਬਾਅਦ ਮੈਂ ਆਇਲਸ ਵੀ ਕੀਤੀ ਹੈ, ਹੁਣ ਵੀ ਆਪਣਾ ਰੈਗੂਲਰ ਕਰਦੇ ਪਏ ਹਾਂ ਕਿ ਆਪਣੇ ਆਪ ਨੂੰ ਅਵੇਅਰ ਰੱਖੀਦਾ, ਪੜ੍ਹੀਦਾ, ਔਰ ਬੁੱਕਸ ਪੜ੍ਹੀ ਦੀਆਂ, ਹਰ ਚੀਜ਼ ਕਰੀ ਦੀ ਹੈ। ਨਾਲ ਦੀ ਨਾਲ ਅਸੀਂ ਇਹ ਤਾਂ ਕੀਤਾ ਕਿ 8 ਈਅਰਸ ਜੋਬ ਕੀਤੀ ਪਹਿਲਾਂ, ਇਹਨਾਂ ਨੇ ਵੀ ਕੀਤੀ, ਮੈਂ ਵੀ ਕੀਤੀ, ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ। ਫਾਇਦਾ ਉਹਨਾਂ ਨੂੰ ਸੀ ਜਿਨ੍ਹਾਂ ਲਈ ਆਪਾਂ ਜੋਬ ਕਰਦੇ ਸੀ। ਇਸ ਤੋਂ ਬਾਅਦ ਅਸੀਂ ਜੋ ਕੁਛ ਕਰਜ਼ਾ ਲਿਆ, ਕੁਝ ਇੱਧਰੋਂ ਉੱਧਰੋਂ ਫੜ ਕੇ ਆਪਣਾ ਕੰਮ ਸ਼ੁਰੂ ਕੀਤਾ। ਪਹਿਲਾਂ ਦੁਕਾਨ ਕੀਤੀ, ਦੁਕਾਨ ਪਹਿਲਾਂ ਚੱਲੀ, ਬਾਅਦ ਵਿੱਚ ਏਰੀਆ ਥੋੜ੍ਹਾ ਉਸ ਤਰ੍ਹਾਂ ਦਾ ਸੀਗਾ, ਇੰਨਾ ਸਾਡੇ ਕੋਲ ਕਿਰਾਇਆ ਨਹੀਂ ਨਿਕਲਿਆ, ਉਸ ਕਰਕੇ ਸਾਨੂੰ ਇੱਥੇ ਅੱਡਾ ਲਗਾਉਣਾ ਪਿਆ। ਮੇਰੇ ਦੱਸ ਭੈਣ, ਜਿਵੇਂ ਤੂੰ ਦੱਸ ਰਹੀ ਹੈ ਵੀ ਆਈਲੈਟਸ ਕੀਤੀ ਆ, ਆਈਲੈਟਸ ਕਰਕੇ ਲੋਕ ਵਿਦੇਸ਼ਾਂ ਜਾਂਦੇ ਨੇ, ਕੈਨੇਡਾ, ਅਮੈਰੀਕਾ, ਤੁਹਾਡਾ ਸਵਾਬ ਨਹੀਂ ਬਣਿਆ ਬਾਹਰ ਜਾਣ ਦਾ, ਤੁਸੀਂ ਇੱਥੇ ਆ ਕੇ ਰੇਹੜੀ ਲਗਾ ਕੇ ਫਾਸਟ ਫੂਡ ਦਾ ਕੰਮ ਕਰ ਰਹੇ ਹੋ, ਕਦੇ ਸੋਚਿਆ ਨਹੀਂ ਵੀ ਆਈਲੈਟਸ ਕੀਤੀ ਆ ਬਾਹਰ ਜਾਇਆ ਜਾਵੇ? ਸੋਚਿਆ ਸੀਗਾ, ਬਸ ਬਾਬਾ ਜੀ ਦੀ ਰਜ਼ਾ ਜਿਸ ਚੀਜ਼ ਤੁਹਾਨੂੰ ਦੱਸਿਆ ਹੋਵੇ, ਬਾਹਰ ਜਾਣਾ ਹਾਲੇ ਕਰਮਾਂ 'ਚ ਨਹੀਂ ਸੀਗਾ, ਨਹੀਂ ਗਏ, ਜਦੋਂ ਬਾਬਾ ਜੀ ਲਿਖਣਗੇ ਹੋ ਸਕਦਾ ਗਾਂ ਜਾ ਕੇ ਚੱਲੇ ਵੀ ਜਾਈਏ। ਅਤੇ ਮੈਨੂੰ ਇਹਦਾ ਭੈਣ, ਜਦੋਂ ਇੰਨਾ ਸੰਘਰਸ਼ ਕਰਨਾ ਪੈਂਦਾ, ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਅੰਮ੍ਰਿਤਸਰੋਂ 30 ਕਿਲੋਮੀਟਰ ਸਫ਼ਰ ਬਹੁਤ ਦੂਰ ਹੁੰਦਾ ਵਾ, ਜਿਵੇਂ ਹੁਣ 46 ਦਿਨ ਸ਼ੁਰੂ ਹੋ ਗਏ ਨੇ, ਸਿਮਰ ਬਾਈ ਦਾ ਕਹਿਣਾ ਵੀ ਰਾਤ ਦੇ 2-2 ਵੱਜ ਜਾਂਦੇ ਨੇ, 3-3 ਵੱਜ ਜਾਂਦੇ ਨੇ, ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਸਹੀ ਗੱਲ ਹੈ ਜੀ, ਇੱਥੇ ਕਸਟਮਰ ਆਉਂਦਾ ਜੀ 8 ਵਜੇ, 9 ਵਜੇ, 10 ਵਜੇ। ਪਹਿਲਾਂ ਅਗਰ ਅਸੀਂ ਆ ਜਾਂਦੇ ਹਾਂ, ਜਿਸ ਤਰ੍ਹਾਂ ਪਹਿਲਾਂ ਅਸੀਂ 11 ਵਜੇ ਆਉਂਦੇ ਸੀ, 11 ਵਜੇ ਤੋਂ ਲੈ ਕੇ 2-3-4 ਵਜੇ ਤਾਂ ਕਸਟਮਰ ਨੂੰ ਉਡੀਕਣਾ ਪੈਂਦਾ ਸੀ ਸਮਾਨ ਬਣਾਉਂਦਿਆਂ, ਕਿਉਂਕਿ ਅਸੀਂ 4 ਆਈਟਮ ਸਾਡੀਆਂ ਕੋਲ, ਅਸੀਂ 4 ਆਪੇ ਤਿਆਰ ਕਰਦੇ ਹਾਂ। ਅਤੇ ਮੈਨੂੰ ਇਹਦਾ ਭੈਣ, ਮੈਂ ਜਿਵੇਂ ਗੱਲ ਕੀਤੀ ਵੀ ਲੋਕ ਤਾਂ ਖਾਸ ਕਰਕੇ ਸ਼ਹਿਰਾਂ ਦੇ ਰਾਤ 12-12 ਵਜੇ ਤੱਕ ਲੋਕ ਜਾਗਦੇ ਹੀ ਆ, ਅਸੀਂ ਦੇਖਿਆ ਪਿੰਡਾਂ ਵਿੱਚ ਲੋਕ 8 ਵਜੇ ਰਾਤ ਰੋਟੀ ਖਾ ਕੇ ਸੌ ਜਾਂਦੇ ਨੇ, ਜਦੋਂ ਤੁਸੀਂ ਪਿੰਡ ਜਾਂਦੇ ਹੋ ਰਾਤ 2-2, 3-3 ਵਜੇ, ਅਤੇ ਕਦੀ ਡਰ ਨਹੀਂ ਸਫ਼ਰ ਲੱਗਾ? ਕਿਉਂਕਿ ਸਫ਼ਰ ਬਹੁਤ ਜ਼ਿਆਦਾ ਵਾ, ਇਲਾਕਾ ਵੀ ਉਸ ਤਰ੍ਹਾਂ ਦਾ, ਰਸਤਾ ਵੀ ਉਸ ਤਰ੍ਹਾਂ ਦਾ ਵਾ ਕਿ ਲੱਗਦਾ ਨਹੀਂ ਵੀ ਯਾਰ ਇਹ ਕਾਹਲੀ ਜ਼ਿੰਦਗੀ ਆ, ਸਵੇਰੇ ਉੱਠਦੇ ਆ, ਰਾਤੀ ਫਿਰ ਲੋਕ ਸੁੱਤੇ ਹੁੰਦੇ ਆ ਅਤੇ ਘਰਾਂ ਨੂੰ ਚੱਲ ਜਾਂਦੇ ਆ, ਕਿਸੇ ਨੂੰ ਪਤਾ ਹੀ ਨਹੀਂ ਭਾਈ ਕੌਣ ਕੀ ਕਿੱਥੇ ਕਰਦਾ, ਕਈ ਥੱਕ ਨਹੀਂ ਜਾਂਦਾ ਜ਼ਿੰਦਗੀ ਕਦੇ? ਨਹੀਂ, ਹਾਲੇ ਬਾਬਾ ਜੀ ਨੇ ਬੜਾ ਹੌਂਸਲਾ ਬਖਸ਼ਿਆ, ਹਾਲੇ ਬਾਬਾ ਜੀ ਸਾਡੇ ਨਾਲ ਹੀ ਹੁੰਦੇ, ਜਦੋਂ ਅਸੀਂ ਘਰ ਜਾਂਦੇ ਹਾਂ ਅਸੀਂ ਉਦੋਂ ਵੀ ਉਹਨਾਂ ਦੇ ਸਾਡੇ ਨਾਲ ਹੁੰਦੇ, ਅਸੀਂ ਆਉਂਦੇ ਉਦੋਂ ਵੀ। ਛਪਈ ਸਾਹਿਬ ਦਾ ਪਾਠ ਕਰਦੇ ਜਾਈਦਾ, ਡਰ ਤਾਂ ਬਹੁਤ ਲੱਗਦਾ, ਰਸਤੇ 'ਚ ਕੋਈ ਨਹੀਂ ਲੱਭਦਾ ਸਿਵਾਏ ਕੁੱਤਿਆਂ ਤੋਂ, ਸਾਰੇ ਰਸਤੇ ਸਾਨੂੰ ਕੋਈ ਨਹੀਂ ਮਿਲਦਾ, ਪਰ ਵਾਹਿਗੁਰੂ ਕਰਦੇ ਜਾਈਦਾ ਹੈ। ਘਰ ਜਾਂਦਿਆਂ ਨੂੰ ਮੰਮੀ ਬੱਚੇ ਸਾਰੇ ਸੁੱਤੇ ਹੁੰਦੇ, ਪਿੰਡ ਸਾਰਾ ਸੁੱਤਾ ਹੁੰਦਾ, ਕਿ ਇਹਨੂੰ ਪਤਾ ਨਹੀਂ ਹੁੰਦਾ ਕੌਣ ਆਇਆ ਕੌਣ ਗਿਆ। ਅਤੇ ਭੈਣਾਂ ਜੀ, ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਰਾਤ 2-2 ਵੱਜ ਜਾਂਦੇ ਨੇ, 3-3 ਵੱਜ ਜਾਂਦੇ ਘਰ ਜਾਂਦਿਆਂ, ਅਤੇ ਬੱਚਿਆਂ ਨੇ ਨਹੀਂ ਕਦੀ ਕਿਹਾ ਵੀ ਮੰਮੀ ਪਾਪਾ ਅੱਜ ਰਹਿਣ ਦਿਓ, ਅੱਜ ਸਾਡੇ ਕੋਲ ਬਹੁਤ, ਕਿਉਂਕਿ ਬੱਚਿਆਂ ਨੂੰ ਮਾਂ ਬਾਪ ਦਾ ਪਿਆਰ ਜ਼ਰੂਰ ਬਹੁਤ ਜ਼ਰੂਰੀ ਹੁੰਦਾ, ਪਰ ਅਸੀਂ ਦੇਖਿਆ ਜਿਹੜਾ ਤੁਹਾਡਾ ਕੰਮ ਆ ਖਾਸ ਕਰਕੇ ਜਿਹੜਾ ਫਾਸਟ ਫੂਡ ਦਾ, ਇਹਦੇ ਵਿੱਚ ਛੁੱਟੀ ਕੋਈ ਨਹੀਂ ਹੁੰਦੀ, ਸਿੱਧੀ ਗੱਲ 12 ਮਹੀਨੇ ਜਿਹੜਾ ਤੁਹਾਨੂੰ ਕੰਮ 'ਤੇ ਹੋਣਾ ਪੈਂਦਾ ਵਾ, ਕਦੀ ਬੱਚਿਆਂ ਨੇ ਕਿਹਾ ਵੀ ਮੰਮੀ ਪਾਪਾ ਅੱਜ ਰਹਿਣ ਦਿਓ, ਅੱਜ ਸਾਡੇ ਕੋਲ ਤੁਸੀਂ ਰਹੋ ਆ ਕੇ? ਕੀ ਕਹੀਏ ਹੁਣ, ਜੇ ਬਾਬਾ ਜੀ ਢਾਲਦੇ ਨੇ ਨਾ, ਇੱਕ ਅਡਲਟ ਨੂੰ ਢਾਲਦੇ ਨੇ ਤਾਂ ਬੱਚੇ ਨੂੰ ਵੀ ਢਾਲ ਦਿੰਦੇ ਨੇ, ਸਾਡੇ ਬੱਚਿਆਂ ਨੂੰ ਆਦਤ ਪੈ ਗਈ ਹੈ, ਜਿੱਦਣ ਅਸੀਂ ਛੁੱਟੀ ਕਰਦੇ ਸਾਨੂੰ ਪੁੱਛਦੇ ਤੁਸੀਂ ਜਾਣਾ ਨਹੀਂ ਅੱਜ, ਅੱਜ ਤੁਸੀਂ ਘਰ ਹੋ, ਤੁਸੀਂ ਦੁਕਾਨ 'ਤੇ ਨਹੀਂ ਜਾਣਾ, ਇਹ ਉਹਨਾਂ ਨੂੰ ਆਦਤ ਪੈ ਗਈ ਹੋਈ ਹੈ, ਉਹ ਨਹੀਂ ਸਾਨੂੰ ਰੋਕਦੇ। ਉਹਨਾਂ ਨੂੰ ਬਾਬਾ ਜੀ ਨੇ ਇੰਨਾ ਕੁ ਜ਼ਿਆਦਾ ਸਬਰ ਅੱਜ ਹੁਣ ਹੀ ਛੋਟੀ ਜਿਹੀ ਉਮਰ 'ਚ ਹੀ ਬਖਸ਼ ਦਿੱਤਾ, ਵੱਡਾ ਬੇਟਾ ਮੇਰਾ 8 ਸਾਲ ਦਾ, ਛੋਟਾ 6 ਸਾਲ ਦਾ, ਦੋਨਾਂ ਨੂੰ ਇੰਨਾ ਸਬਰ ਹੈਗਾ ਕਿ ਉਹ ਕਦੀ ਨਹੀਂ ਕਾਲੇ ਪੈਂਦੇ ਸਾਨੂੰ ਨਾਲ ਲੈ ਕੇ ਜਾਓ ਜਾਂ ਤੁਸੀਂ ਛੇਤੀ ਆ ਜਾਓ, ਸਾਨੂੰ ਇਹ ਚਾਹੀਦਾ, ਬਿਲਕੁਲ ਨਹੀਂ। ਭੈਣ, ਅਸੀਂ ਦੇਖਿਆ ਵੀ ਨਾਂ ਬਹੁਤ ਸੋਹਣਾ ਰੱਖਿਆ ਆਪਣੀ ਤੁਸੀਂ ਫਾਸਟ ਫੂਡ ਦਾ, ਉਸਤਦ ਫਾਸਟ ਫੂਡ, ਇਹ ਕਿਸ ਤਰ੍ਹਾਂ ਜਹਿਨ 'ਚ ਆਇਆ, ਕਿੱਥੋਂ ਜਿਹੜੀਆਂ ਇੰਨੀਆਂ ਸੋਹਣੇ ਸ਼ਬਦ ਚੁੱਕੇ ਨੇ, ਕਿੱਥੋਂ ਜਿਹੜਾ ਤੁਹਾਡੇ ਜਹਿਨ 'ਚ ਵੀ ਉਸਤਦ ਰੱਖਿਆ ਜਾਵੇ, ਕਿੱਥੋਂ ਇਹ ਚੀਜ਼?
ਇਹ ਜਿਸ ਦਿਨ ਅਸੀਂ ਇਹ ਕੰਮ ਸ਼ੁਰੂ ਕਰਨ ਦੀ ਸ਼ੁਰੂਆਤ ਕੀਤੀ ਸੀਗੀ, ਜਿਸ ਦਿਨ ਅਸੀਂ ਦੁਕਾਨ ਉੱਥੇ ਲਈ ਸੀ ਕਿਰਾਏ 'ਤੇ, ਉਸ ਦਿਨ ਬਾਬਾ ਜੀ ਕੋਲੋਂ ਅਸੀਂ ਜਿਸ ਦਿਨ ਅਰਦਾਸ ਕਰਵਾਈ ਅਤੇ ਪਹਿਲਾ ਅੱਖਰ ਉਹਨਾਂ ਨੇ ਕਿਹਾ ਕਿ ਉਸਤਤ ਹੀ ਆਇਆ ਗੁਰਬਾਣੀ 'ਚ, ਅਤੇ ਅਸੀਂ ਉਸਤਤ ਦੇ ਉਸੇ ਨਾਮ ਦੇ ਉੱਤੇ ਹੀ ਬਾਬਾ ਜੀ ਕੋਲੋਂ ਪੁੱਛ ਕੇ ਉਹੀ ਨਾਮ ਰੱਖ ਦਿੱਤਾ ਉਸਤਤ ਫੂਡ। ਇਹ ਵੀ ਪਤਾ ਲੱਗਾ ਵੀ ਤੁਸੀਂ ਪਹਿਲਾਂ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਮੈਨੇਜਰ ਦੀ ਨੌਕਰੀ ਕਰਦੇ ਸੀ, ਇੱਕ ਬੜਾ ਵੱਡਾ ਅਹੁਦਾ ਹੁੰਦਾ ਮੈਨੇਜਰ ਦਾ, ਅਤੇ ਇੱਕ ਸੜਕ ਦੇ ਉੱਤੇ ਖਲੋ ਕੇ ਫਾਸਟ ਫੂਡ ਰੇਹੜੀ ਲਾਉਣੀ ਬੜਾ ਔਖਾ ਕੰਮ ਆ, ਹੈ ਕਿਉਂਕਿ ਬੜਾ ਮੈਨੇਜਰ ਸਾਹਿਬ ਲੋਕ ਸਲੂਟ ਮਾਰਦੇ ਨੇ ਵੀ ਮੈਨੇਜਰ ਸਾਹਿਬ ਆ ਗਏ ਨੇ, ਇੰਨੇ ਬੰਦੇ ਥੱਲੇ ਕੰਮ ਕਰਦੇ ਹੁੰਦੇ ਨੇ, ਏ ਸੀ ਵਗੈਰਾ ਲੱਗੇ ਹੁੰਦੇ, ਪੂਰਾ ਸ਼ਾਨ ਸ਼ੌਕਤ ਹੁੰਦੀ ਆ, ਪਰ ਜੋ ਆਪ ਖਲੋ ਕੇ ਇੱਥੇ ਰੇਹੜੀ 'ਤੇ ਕੰਮ ਕਰਨਾ ਵਾ, ਫਿਰ ਕਿੰਨਾ ਕੁ ਔਖਾ ਲੱਗਦਾ ਸੀ? ਔਖਾ ਤਾਂ ਬਹੁਤ ਲੱਗਾ, ਬਹੁਤ ਜ਼ਿਆਦਾ, ਆਪਣੇ ਆਪ ਨੂੰ ਢਾਲਣਾ ਬੜਾ ਔਖਾ ਰਿਹਾ। ਪਹਿਲੇ 2 ਦਿਨ ਤਾਂ ਮਤਲਬ ਦੁਕਾਨ 'ਚ ਇਹਨਾਂ ਨੂੰ ਪਤਾ ਮੈਂ ਬਾਹਰ ਨਹੀਂ ਸੀ ਨਿਕਲਦੀ ਹੁੰਦੀ, ਉੱਥੇ ਦੁਕਾਨ 'ਚ ਵੀ ਐਡਾ ਸਾਡਾ ਬਾਹਰ ਸੀਗਾ, ਅੰਦਰ ਦੁਕਾਨ ਸੀਗੀ, ਮੈਂ ਕਹਿਣਾ ਮੈਂ ਦੁਕਾਨ 'ਚ ਕੰਮ ਕਰੀ ਜਾਂਦੀ ਤੁਸੀਂ ਬਾਹਰ ਕਰੋ, ਪਰ ਕੀ ਕਹੀਏ ਹੁਣ, ਪਤਾ ਹੈ ਜਦੋਂ ਰੋਟੀ ਕਮਾਉਣੀ ਆ ਬਾਹਰ ਤਾਂ ਨਿਕਲਣਾ ਹੀ ਪੈਣਾ। ਉਹ ਵੀ ਬਾਬਾ ਜੀ ਦੀ ਰਜ਼ਾ ਸੀਗੀ, ਉਹਨਾਂ ਨੇ ਮੈਨੂੰ ਰੱਖਿਆ ਸੀ ਉਸ ਜਗ੍ਹਾ 'ਤੇ ਜਿੱਥੇ ਉਹਨਾਂ ਨੇ ਪੂਰਾ ਸਤਿਕਾਰ ਵੀ ਬਖਸ਼ਿਆ, ਕੰਮ ਵੀ ਬਖਸ਼ਿਆ, ਕਮਾਈ ਵੀ ਬਖਸ਼ੀ, ਸਭ ਕੁਛ ਮਿਲਿਆ। ਪਰ ਇਹ ਕਿ ਅਗਰ ਆਪਣਾ ਹੁੰਦਾ ਤਾਂ ਗੱਲ ਵੱਖਰੀ ਸੀ, ਉਹ ਸੀ ਬੇਗਾਨਾ, ਇਹ ਹੁਣ ਆਪਣਾ, ਉਨੀ ਜਿੰਨੀ ਉੱਥੇ ਮਿਹਨਤ ਕੀਤੀ ਉਹਨਾਂ ਦੁੱਗਣੀ ਇੱਥੇ ਕਰਾਂਗੇ, ਇਹਨੂੰ ਵੀ ਲੈ ਕੇ ਜਾਵਾਂਗੇ। ਹੁਣ ਤਾਂ ਮੈਨੂੰ ਦੱਸ ਵੀ ਜਦੋਂ ਮੈਨੇਜਰ ਨੌਕਰੀ ਕਰਦੇ ਸੀ ਉਦੋਂ ਰਿਸ਼ਤੇਦਾਰ ਭੈਣ ਭਰਾ ਤਾਂ ਬੜੇ ਟਾਹ ਨਾਲ ਕਹਿੰਦੇ ਹੋਣੇ ਵੀ ਸਾਡੀ ਨੌਂ ਰਾਣੀ ਜਾਂ ਸਾਡੀ ਕੁੜੀ ਜਿਹੜੀ ਆ ਉਹ ਵਧੀਆ ਜੋਬ 'ਤੇ ਲੱਗੀ ਆ, ਮੈਨੇਜਰ ਆ, ਪਰ ਅੱਜ ਨੌਂ ਰਾਣੀ ਕਿਰਤ ਕਰ ਰਹੀ ਆ ਸ਼ਹੀਦਾਂ ਸਾਹਿਬ ਚੌਂਕ ਵਿੱਚ ਫਾਸਟ ਫੂਡ ਦੀ ਰੇਹੜੀ ਲਾਈ ਆ, ਅਤੇ ਹੁਣ ਰਿਸ਼ਤੇਦਾਰ ਦਾ ਕੀ ਕਹਿਣਾ ਵਾ? ਹੁਣ ਉਸੇ ਤਰ੍ਹਾਂ ਮਾਣ ਸਨਮਾਨ ਦਿੰਦੇ ਕਿ ਜਾਂ ਹੁਣ ਕਹਿੰਦੇ ਭਾਈ ਸਾਡੀ ਰਿਸ਼ਤੇਦਾਰੀ ਹੈ ਹੀ ਨਹੀਂ ਜਾਂ ਸਾਡੀ ਨੌਂ ਹੈ ਨਹੀਂ ਹੁਣ? ਭਾਜੀ ਤੁਸੀਂ ਜਾਣ ਸਕਦੇ ਹੋ ਇਸ ਚੀਜ਼ ਤੋਂ, ਮੇਰੇ ਹੱਸਣ ਤੋਂ ਹੀ ਪਤਾ ਲੱਗ ਸਕਦਾ, ਹੁਣ ਤਾਂ ਪਛਾਣਦੇ ਵੀ ਨਹੀਂ, ਹੁਣ ਤਾਂ ਲਾਗੇ ਲੰਘਦੇ ਮੂੰਹ ਢੱਕ ਕੇ ਕਿ ਸਾਨੂੰ ਪਛਾਣ ਨਾ ਲਵੇ, ਪਤਾ ਨਾ ਲੱਗੇ ਕਿ ਅਸੀਂ ਲੰਘਦੇ ਹੋਏ, ਬੁਰਾ ਲੱਗਦਾ ਬਟ ਹੁਣ ਆਦਤ ਪੈ ਗਈ। ਦੁੱਖੇ ਨਾਲ ਲੱਗਦਾ ਵਾ ਸ਼ਹੀਦਾਂ ਸਾਹਿਬ ਗੁਰਦੁਆਰਾ ਸਾਹਿਬ ਆ, ਸਾਹਮਣੇ ਮੱਥਾ ਲੱਗ ਰਹੇ ਬਾਬਾ ਦੀਪ ਸਿੰਘ, ਲੋਕ ਖਾਸ ਕਰਕੇ ਪੂਰੇ ਪੰਜਾਬ 'ਚੋਂ ਲੋਕ ਇੱਥੇ ਆਉਂਦੇ ਨੇ ਚਪਹਿਰਾ ਸਾਹਿਬ ਕੱਟਣ ਵਾਸਤੇ, ਉਦੋਂ ਕਿੰਨਾ ਕੁ ਮਨ ਦੁਖੀ ਹੁੰਦਾ ਜਦੋਂ ਲੋਕ ਰਿਸ਼ਤੇਦਾਰ ਤੁਹਾਡੇ ਗੱਡੀ ਵਿੱਚੋਂ ਲਾਗੋਂ ਲੰਘ ਜਾਂਦੇ ਨੇ ਮੂੰਹ ਪਰਾਂ ਕਰਕੇ ਵੀ ਕਿਤੇ ਬੁਲਾਉਣਾ ਨਾ ਪੈ ਜੇ ਭਾਈ ਇਹ ਸਾਡੀ ਭੂਆ ਦੀ ਕੁੜੀ ਆ ਜਾਂ ਸਾਡੀ ਰਿਸ਼ਤੇਦਾਰ ਆ, ਉਦੋਂ ਕਿੰਨਾ ਕੁ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਦੇ ਨੇ ਅਤੇ ਤੁਹਾਡੇ ਦਿਲ 'ਤੇ ਕੀ ਬੀਤਦੀ ਆ? ਬਹੁਤ ਬੁਰਾ ਲੱਗਦਾ, ਕੁਛ ਨਹੀਂ ਕਹਿ ਸਕਦੇ, ਬਹੁਤ ਬੁਰਾ ਲੱਗਦਾ। ਪਰ ਭੈਣ ਦੁੱਖ ਨਹੀਂ ਲੱਗਦਾ ਇਹ ਚੀਜ਼ ਦਾ, ਕਿਰਤ ਕਰ ਰਹੇ ਹਾਂ, ਕਿਰਤ ਕਰਨ 'ਚ ਸ਼ਰਮ ਕਰਦੀ ਆ, ਵੇਖੋ ਕਿਸੇ ਦਾ ਕੋਈ ਡਰ ਨਹੀਂ ਆ, ਕਿਸੇ ਦੇ ਚੋਰੀ ਦਾ ਡਰ ਹੋ ਸਕਦਾ, ਕਿਰਤ ਦਾ ਕੋਈ ਡਰ ਨਹੀਂ ਆ, ਪਰ ਉਹ ਰਿਸ਼ਤੇਦਾਰ ਭੈਣ ਭਰਾ ਕਿਉਂ ਜਦੋਂ ਚੰਗੇ ਸੀ ਉਦੋਂ ਸਾਡੇ ਆ, ਅਤੇ ਜਦੋਂ ਅਸੀਂ ਮਾੜੇ ਹੋ ਗਏ ਹਾਂ ਅਤੇ ਸਾਡੇ ਤੋਂ ਦੂਰ ਕਿਉਂ ਹੋ ਜਾਂਦੇ ਨੇ? ਬਿਲਕੁਲ ਤੁਸੀਂ ਦੇਖ ਸਕਦੇ ਹੋ ਭੈਣ ਦੀਆਂ ਅੱਖਾਂ ਭਰ ਰਹੀਆਂ ਨੇ, ਮਨ ਭਰ ਆ, ਭੈਣ ਨੂੰ ਰੱਬਾ ਹਿੰਮਤ ਦੇਈ। ਬਾਬਾ ਦੀਪ ਸਿੰਘ ਬੜੀ ਹਿੰਮਤ ਦੇ ਨਾਲ ਭੈਣ ਨੇ ਇਹ ਕੰਮ ਸ਼ੁਰੂ ਕੀਤਾ ਜੀ, ਪਰ ਇੱਕ ਜਵਾਬ ਸੀ ਰਿਸ਼ਤੇਦਾਰ ਭੈਣ ਭਰਾਵਾਂ ਦਾ, ਅਤੇ ਮੇਰਾ ਵੀ ਸਵਾਲ ਆ ਉਹਨਾਂ ਨੂੰ ਭੈਣ ਭਰਾਵਾਂ ਨੂੰ, ਭਾਈ ਚੰਗੇ ਸਮੇਂ 'ਚ ਜੇ ਸਾਥ ਦਿੰਦੇ ਹੋ ਤਾਂ ਭਾਈ ਮਾੜੇ ਸਮੇਂ 'ਚ ਵੀ ਨਾਲ ਖੜਿਆ ਕਰੋ, ਕਿਉਂਕਿ ਰਿਸ਼ਤੇਦਾਰੀਆਂ ਭੈਣ ਭਰਾ ਇਹ ਉਦੋਂ ਤੱਕ ਸੋਭਦੇ ਨੇ ਜਦੋਂ ਤੱਕ ਚੰਗੇ ਨੇ, ਅਸੀਂ ਦੇਖਿਆ ਕੀ ਹਾਲਾਤ ਹੋ ਗਏ ਨੇ ਮਾੜੇ ਸਮੇਂ 'ਚ, ਅੱਜ ਜਦੋਂ ਆਇਆ ਭੈਣ ਦੇ ਉੱਤੇ ਅਤੇ ਜਿਹੜੇ ਕਿਤੇ ਕਹਿੰਦੇ ਸੀ ਸਾਡੀ ਇਹ ਨੌਂ ਰਾਣੀ ਲੱਗਦੀ ਆ, ਸਾਡੀ ਇਹ ਭੂਆ ਦੀ ਕੁੜੀ ਆ, ਸਾਡੀ ਫਲਾਣੀ ਲੱਗਦੇ ਨੇ, ਅੱਜ ਉਹ ਕਹਿੰਦੇ ਨੇ ਲਾਗੋਂ ਲੰਘ ਜਾਂਦੇ ਨੇ, ਬੜਾ ਮਨ ਭਰ ਆਉਂਦਾ। ਪਰ ਮੈਂ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਕਹੂੰਗਾ ਭੈਣ ਜੀ ਇਹ ਭੈਣ ਕਿਰਤ ਕਰ ਰਹੀ ਹੈ, ਇਹ ਆਪਣੇ ਪਤੀ ਦੇ ਨਾਲ ਹੱਥ ਨਾਲ ਹੱਥ ਵਡਾ ਕੇ ਮਿਹਨਤ ਕਰ ਰਹੀ ਹੈ, ਕਿਸੇ ਦਾ ਡਰ ਕੋਈ ਨਹੀਂ ਆ, ਇਸ ਕਰਕੇ ਮਾੜੇ ਸਮੇਂ 'ਚ ਵੀ ਸਾਥ ਦਿਆ ਕਰੋ, ਇਹ ਨਹੀਂ ਚੰਗੇ ਸਮੇਂ 'ਚ ਰਿਸ਼ਤੇਦਾਰ ਅਤੇ ਮਾੜੇ ਸਮੇਂ 'ਚ ਕੋਈ ਨਹੀਂ ਹੈ। ਭੈਣ ਦਾ ਮਨ ਭਰ ਆ, ਅਸੀਂ ਵੀ ਭੈਣ ਕੋਲ ਮਾਫ਼ੀ ਮੰਗਦੇ ਹਾਂ ਅਜਿਹੇ ਸਵਾਲ ਕੀਤੇ ਆ, ਕਿਉਂਕਿ ਭੈਣ ਦਾ ਮਨ ਦੁਖੀ ਕੀਤਾ, ਭੈਣੇ ਮਾਫ਼ ਕਰੀ, ਤੇਰੇ ਅੱਖਾਂ 'ਚ ਅੱਥਰੂ ਆ ਗਏ ਨੇ, ਅਸੀਂ ਚਾਹੁੰਦੇ ਨਹੀਂ ਸੀ, ਪਰ ਤੇਰੇ ਦਿਲ ਦੀਆਂ ਗੱਲਾਂ ਸੀ, ਇਹ ਸੱਚਾਈ ਸੀ ਭੈਣ, ਮੈਂ ਤਾਂ ਗੱਲ ਕੀਤੀ ਆ, ਨਹੀਂ ਤਾਂ ਮੈਂ ਸ਼ਾਇਦ ਨਾ ਕਰਦਾ ਤੈਨੂੰ। ਕੋਈ ਗੱਲ ਨਹੀਂ, ਵੈਸੇ ਆਦਤ ਹੋ ਗਈ ਹੈ।
ਭੈਣੇ ਫਿਕਾਰੀ ਸਿੱਖਿਆ ਸੀ ਫਾਸਟ ਫੂਡ ਦਾ ਕੰਮ, ਕਿਉਂਕਿ ਮੈਨੇਜਰ ਦੀ ਮੈਂ ਜਿਵੇਂ ਪੁੱਛ ਕੀਤੀ ਆ ਦੱਸਿਆ ਬੜਾ ਉੱਚਾ ਉਹਦਾ ਹੁੰਦਾ ਆ ਫਾਸਟ ਫੂਡ ਬਣਾਉਣ ਦੀ ਯਾਦ ਨਹੀਂ ਹੋਣੀ, ਫਿਰ ਕਿੱਥੋਂ ਕੰਮ ਸਿੱਖਿਆ ਸਾਰਾ? ਸਿੱਖਿਆ ਕਿਤੋਂ ਵੀ ਨਹੀਂ, ਬੜੀਆਂ ਗਲਤੀਆਂ ਕੀਤੀਆਂ, ਬਹੁਤ ਗਲਤੀਆਂ ਕੀਤੀਆਂ, ਨੁਕਸਾਨ ਕੀਤਾ, ਸਮਾਨ ਲਿਆਉਣਾ ਬਣਾਉਣਾ ਕਿਸੇ ਵੇਲੇ ਬਣਨਾ ਨਾ, ਕਿਸੇ ਵੇਲੇ ਖਰਾਬ ਹੋ ਜਾਣਾ, ਕਿਸੇ ਵੇਲੇ ਵੱਧ ਬਣ ਜਾਣਾ, ਮਤਲਬ ਪੱਕ ਜਾਣੇ ਨੂਡਲ, ਪੱਕ ਜਾਣੇ ਖਰਾਬ ਹੋ ਜਾਣੇ, ਮਤਲਬ ਗਲਤੀਆਂ ਕਰ ਕਰ ਸਿੱਖਿਆ, ਕਿਸੇ ਕੋਲੋਂ ਨਹੀਂ ਸਿੱਖਿਆ। ਭੈਣੇ ਹੱਥ ਵਿਖਾਈ ਜਰਾ ਆਪਣੇ, ਇਹਨੇ ਹੱਥਾਂ 'ਚ ਕਿਸੇ ਵਕਤ ਪੈਨ ਹੁੰਦਾ ਸੀ ਅਤੇ ਅੱਜ ਦੇਖ ਲਓ ਇਹਨਾਂ ਹੱਥਾਂ ਨਾਲ ਭੈਣ ਬਰਗਰ ਨਿਊਡਲ ਅਤੇ ਫਾਸਟ ਫੂਡ ਬਣਾਉਂਦੀ ਆ। ਭੈਣੇ ਅਸੀਂ ਵੀ ਤੇਰੀ ਹਿੰਮਤ ਨੂੰ ਦਾਦ ਦਿੰਦੇ ਹਾਂ ਅਤੇ ਬਾਬਾ ਸ਼ਹੀਦਾਂ ਗੜੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਹਿੰਮਤ ਦੇ, ਇਹ ਭੈਣ ਨੂੰ ਹਿੰਮਤ ਦੇ, ਇਹ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰ ਰਹੀ ਆ, ਕਿਰਤ ਕਰ ਰਹੀ ਆ ਸੱਚੇ ਪਾਤਸ਼ਾਹ। ਗੁਰੂ ਨਗਰੀ ਗੁਰੂ ਰਾਮਦਾਸ ਅੰਮ੍ਰਿਤਸਰ ਦੇ ਵਿੱਚ ਅੱਜ ਤੱਕ ਕੋਈ ਭੁੱਖਾ ਨਹੀਂ ਸੋਇਆ ਅਤੇ ਦੋਵੇਂ ਜੀ ਅੰਮ੍ਰਿਤਸਰੋਂ 30 ਕਿਲੋਮੀਟਰ ਦੂਰ ਸਫ਼ਰ ਤੈਅ ਕਰਕੇ ਆਉਂਦੇ ਨੇ ਸੱਚੇ ਪਾਤਸ਼ਾਹ ਨਾਲ ਬਲ ਬਖਸ਼ੀ। ਅੰਮ੍ਰਿਤਸਰ ਸਾਹਿਬ ਦੇ ਲੋਕ ਕਿੰਨਾ ਕੁ ਪਿਆਰ ਦਿੰਦੇ ਨੇ ਇੱਥੇ? ਬਹੁਤ ਬਹੁਤ ਜ਼ਿਆਦਾ, ਅੰਮ੍ਰਿਤਸਰ ਸਾਹਿਬ ਦੇ ਨਹੀਂ, ਬਹੁਤ ਪੰਜਾਬ ਤੋਂ ਆਉਂਦੇ ਨੇ। ਚੁਪਹਿਰਾ ਸਾਹਿਬ ਤੁਹਾਨੂੰ ਪਤਾ ਹੈ, ਗੁਰਦਾਸਪੁਰ, ਮੋਗਾ, ਚੰਡੀਗੜ੍ਹ, ਕਈ ਜਗ੍ਹਾ ਤੋਂ ਲੋਕ ਆਉਂਦੇ ਨੇ ਔਰ ਬਹੁਤ ਪਿਆਰ ਕਰਦੇ ਨੇ। ਗੁਰਸਿੱਖ ਬੰਦੇ ਆਉਂਦੇ ਨੇ ਸਾਡੇ ਕੋਲ, ਅਸੀਂ ਸਮਾਨ ਥੋੜ੍ਹਾ ਬਣਾਉਂਦੇ ਹਾਂ ਕਿਉਂਕਿ ਆਪ ਬਣਾਉਣਾ ਹੁੰਦਾ, ਇੰਨਾ ਸਮਾਂ ਨਹੀਂ ਹੁੰਦਾ ਬਣਾਉਣ ਵਾਸਤੇ, ਅਤੇ ਸਾਰੇ ਇੰਨਾ ਪਿਆਰ ਕਰਦੇ, ਐਪਰੀਸ਼ੀਏਟ ਕਰਦੇ ਆ ਅਤੇ ਸਾਨੂੰ ਹੋਰ ਮੋਟੀਵੇਟ ਕਰਕੇ ਜਾਂਦੇ ਕਿ ਤੁਸੀਂ ਕਰੋ, ਅਸੀਂ ਤੁਹਾਡੇ ਨਾਲ ਆ। ਅਸੀਂ ਹਰ ਵਾਰੀ ਰਿਪੀਟ ਕਸਟਮਰਸ ਆਉਂਦੇ ਪਏ ਆ ਸਾਡੇ ਕੋਲ, ਇੱਥੇ ਆਉਂਦੇ ਸਾਡੇ ਕੋਲ ਇੱਕ ਮੋਗੇ ਦੀ ਟਰਾਲੀ ਆਉਂਦੀ ਆ ਅਤੇ ਉਹ ਹਰ ਵਾਰੀ ਟਰਾਲੀ ਦੇ ਸਾਰੇ ਲੋਕ ਸਾਡੇ ਕੋਲੋਂ ਛੱਕ ਕੇ ਜਾਂਦੇ ਆ, ਜਾਂ ਅੰਦਰੋਂ ਲੰਗਰ ਛਕਣਗੇ ਜਾਂ ਸਾਡੇ ਕੋਲੋਂ ਬਾਹਰੋਂ ਛਕਣਗੇ, ਉਹ ਕਿਤੇ ਬਾਹਰ ਨਹੀਂ ਜਾਂਦੇ। ਬਾਬਾ ਜੀ ਨੇ ਇੰਨੀ ਮਿਹਰ ਕੀਤੀ ਆ। ਮੈਂ ਜਿਵੇਂ ਗੱਲ ਕੀਤੀ ਭੈਣ ਗੁਰਸਿੱਖ ਆ, ਤੂੰ ਅੰਮ੍ਰਿਤ ਛਕਿਆ ਆ, ਬਾਣੀ ਦੇ ਬਾਣੇ ਵਾਲੇ ਹੋ, ਲੋਕ ਤੁਹਾਡੇ 'ਤੇ ਬਹੁਤ ਵਿਸ਼ਵਾਸ ਕਰਦੇ ਆ, ਕਿਉਂਕਿ ਗੱਲ ਕਰੀਏ ਸਾਫ਼ ਸੁਥਰਾ ਖਾਣਾ ਅੱਜ ਕੱਲ੍ਹ ਬਹੁਤ ਘੱਟ ਮਿਲਦਾ ਵਾ, ਇਸ ਕਰਕੇ ਪਰਮਾਤਮਾ ਨੇ ਤੁਹਾਨੂੰ ਬਹੁਤ ਸੋਹਣੀ ਨਿਆਮਤ ਦਿੱਤੀ ਆ, ਤੁਸੀਂ ਗੁਰੂ ਵਾਲੇ ਹੋ ਅਤੇ ਹਮੇਸ਼ਾ ਲੋਕਾਂ 'ਚ ਚੜ੍ਹਦੀ ਕਲਾ ਵਾਲੇ ਹੋ, ਅਤੇ ਮੈਨੂੰ ਦੱਸੋ ਵੀ ਸੁਨੇਹਾ ਕੀ ਦੇਣਾ ਚਾਹੋਗੇ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਸਾਡੇ ਗੁਰਸਿੱਖ ਭੈਣ ਭਰਾਵਾਂ ਨੂੰ ਨਾ ਸਿਰਫ ਇਹੀ ਹੁੰਦਾ ਕਿ ਉਹ ਖਾਣ ਅਤੇ ਆਪਣੇ ਭੈਣ ਭਰਾਵਾਂ ਕੋਲੋਂ ਲੈਣ ਚੀਜ਼, ਉਹਨਾਂ ਨੂੰ ਮੈਂ ਕਹਿਣਾ ਨਹੀਂ ਚਾਹਾਂਗੀ ਕਿ ਪ੍ਰਵਾਸੀਆਂ ਕੋਲੋਂ ਚੀਜ਼ ਲੈਣੀ ਪਸੰਦ ਨਹੀਂ ਹੈਗੀ, ਅਤੇ ਅਸੀਂ ਸਾਰਿਆਂ ਨੂੰ ਇਹੀ ਕਹਾਂਗੇ ਕਿ ਅਸੀਂ ਅਗਰ 4 ਚੀਜ਼ਾਂ ਬਣਾਉਂਦੇ ਹਾਂ ਤਾਂ ਪੂਰੀ ਸਫਾਈ ਨਾਲ, ਧਿਆਨ ਨਾਲ ਬਣਾਈ ਦੀਆਂ ਨੇ, ਤੁਹਾਡੇ ਟੇਸਟ ਦੇ ਅਕੋਰਡਿੰਗਲੀ ਬਣਾਵਾਂਗੇ, ਕੋਈ ਮਿਰਚ ਵੱਧ ਘੱਟ ਨਹੀਂ, ਇਹ ਵੀ ਦੱਸ ਦਈਏ, ਹਿਸਾਬ ਦੀ ਰੱਖੀ ਦੀ, ਜਿੱਦਾਂ ਦਾ ਤੁਹਾਨੂੰ ਪਸੰਦ, ਤੁਸੀਂ ਸਾਡੇ ਕੋਲੋਂ ਆ ਕੇ ਤਿਆਰ ਕਰਵਾਓ ਅਤੇ ਕਦੀ ਵੀ ਚੈੱਕ ਕਰ ਸਕਦੇ ਹੋ, ਸਾਡੇ ਕੋਲ ਸਮਾਨ ਆਉਣਗੇ, ਸਾਡੇ ਕੋਲ ਕੋਈ ਚੀਜ਼ ਜਿਹੜੀ ਹੈ ਮਾੜੀ ਨਹੀਂ ਮਿਲੇਗੀ ਤੁਹਾਨੂੰ। ਭੈਣੇ ਲਾਸਟ ਸਵਾਲ ਮੇਰਾ, ਹਮੇਸ਼ਾ ਕਹਿੰਦਾ ਵੀ ਮਾੜੇ ਸਮੇਂ 'ਚ ਪਤਨੀ ਪਤੀ ਦਾ ਸਾਥ ਦਿੰਦੀ ਆ ਅਤੇ ਪਤੀ ਪਤਨੀ ਦਾ ਸਾਥ ਦਿੰਦਾ ਵਾ, ਅਸੀਂ ਦੇਖਿਆ ਕਈ ਅਜਿਹੀਆਂ ਪਤਨੀਆਂ ਹੁੰਦੀਆਂ ਵੀ ਜਾਂ ਪਤੀ ਵੀ ਹੁੰਦੇ ਨੇ ਜਦੋਂ ਮਾੜਾ ਸਮਾਂ ਆਉਂਦਾ ਨਾ ਉਹ ਛੱਡ ਕੇ ਚੱਲ ਜਾਂਦੇ ਭਾਈ, ਉਹ ਕਹਿੰਦੇ ਵੀ ਮੈਂ ਤਾਂ ਤੇਰੇ ਘਰ ਵਿਆਹ ਗਿਆ ਸੀ ਮੈਂ ਰਾਜ ਵਾਸਤੇ ਨਾ ਕਿ ਮਾੜੇ ਸਮੇਂ 'ਚ, ਅਤੇ ਤੂੰ ਭੈਣੇ ਫਿਰ ਵੀ ਮਾੜੇ ਸਮੇਂ 'ਚ ਚੰਗੇ ਸਮੇਂ 'ਚ ਸਾਥ ਦਿੰਦੀ ਆ, ਬਹੁਤ ਧੰਨਵਾਦੀ ਹਾਂ, ਅਸੀਂ ਧੰਨਵਾਦ ਕਰਦੇ ਵੀਰ ਦਾ ਨਾਲ ਮੋਢੇ ਨਾਲ ਮੋਢਾ ਲਗਾ ਸਕਦੇ ਅਤੇ ਉਹਨਾਂ ਭੈਣਾਂ ਨੂੰ ਖਾਸ ਕਰਕੇ ਕੀ ਸਜ਼ਾ ਦੇਣਾ ਚਾਹੇਗੀ? ਮਾੜਾ ਸਮਾਂ ਪਤਾ ਨਹੀਂ ਹੁੰਦਾ ਕਿਹਦੇ 'ਤੇ ਆਉਣਾ, ਜ਼ਰੂਰੀ ਨਹੀਂ ਹੈ ਪੈਸੇ ਦਾ ਹੀ ਮਾੜਾ ਸਮਾਂ ਆਉਂਦਾ, ਹੈਲਥ ਦਾ ਵੀ ਆ ਜਾਂਦਾ ਤੁਹਾਨੂੰ, ਮਤਲਬ ਜੋ ਬਾਬਾ ਜੀ ਨੇ ਸੰਯੋਗ ਬਣਾਏ ਨੇ ਨਾ ਤੁਹਾਨੂੰ ਇੱਕ ਦੂਜੇ ਵਾਸਤੇ ਬਣਾਇਆ, ਮਾੜੇ ਸਮੇਂ 'ਚ ਤੁਸੀਂ ਅੱਜ ਛੱਡ ਜਾਓਗੇ ਦੂਜੇ ਕੋਲ ਚਲੇ ਜਾਓਗੇ, ਜੇ ਉਹ ਤੁਹਾਨੂੰ ਛੱਡ ਕੇ ਚੱਲ ਜਾਏਗਾ ਫਿਰ ਕਿੱਥੇ ਜਾਓਗੇ? ਇਸੇ ਕਰਕੇ ਜਿੱਥੇ ਬਾਬਾ ਜੀ ਨੇ ਬਿਠਾਇਆ ਉੱਥੇ ਬੈਠੇ ਰਹੋ, ਉਹਨਾਂ ਦੀ ਰਜ਼ਾ 'ਚ ਰਾਜ਼ੀ ਰਹੋ। ਮੈਨੂੰ ਇੱਥੇ ਕਈ ਸੋਚਿਆ ਸੀ ਇਸ ਤਰ੍ਹਾਂ ਗੁਰੂ ਅਮਰ ਨਗਰੀ ਅੰਮ੍ਰਿਤਸਰ ਵਿੱਚ ਸੜਕ ਦੇ ਉੱਤੇ ਖਲੋ ਕੇ ਕੰਮ ਕਰਨਾ ਪਊਗਾ ਜੀ, ਕਦੀ ਸੋਚਿਆ ਸੀ ਕਦੀ ਇਹ ਚੀਜ਼? ਕਦੀ ਵੀ ਨਹੀਂ ਸੋਚਿਆ ਸੀਗਾ, ਕਦੀ ਮੈਂ ਕੀ ਮੇਰੇ ਹਸਬੈਂਡ ਨੇ ਵੀ ਨਹੀਂ ਕਦੀ ਸੋਚਿਆ, ਪਰ ਹਾਲਾਤ ਇਹੋ ਜਿਹੇ ਨੇ ਕਰਨਾ ਪੈ ਰਿਹਾ। ਬਹੁਤ ਬਹੁਤ ਧੰਨਵਾਦ ਜੀ, ਬੱਚਿਆਂ ਵਾਸਤੇ ਬੜਾ ਕੁਛ ਕਰਨਾ ਪੈਂਦਾ, ਪਰਿਵਾਰ ਵਾਸਤੇ ਬਹੁਤ ਕੁਛ ਕਰਨਾ ਪੈਂਦਾ, ਪਰ ਫਿਰ ਵੀ ਮੈਂ ਕਹਿੰਦਾ ਹੱਥੀਂ ਕਿਰਤ ਕਰ ਰਹੇ ਨੇ, ਕੋਈ ਮਾੜਾ ਕੰਮ ਨਹੀਂ ਕਰ ਰਹੇ, ਕੋਈ ਗਲਤ ਕੰਮ ਨਹੀਂ ਕਰ ਰਹੇ, ਇਸ ਕਰਕੇ ਹੱਥੀਂ ਕਿਰਤਾ ਕੋਈ ਡਰ ਨਹੀਂ ਆ, ਨਾ ਕੋਈ ਲਾਂਭਾ ਵਾ, ਇਸ ਕਰਕੇ ਸਾਡੀ ਵੀ ਦਰਸ਼ਕਾਂ ਨੂੰ ਅਪੀਲ ਆ ਭਾਈ ਜਦੋਂ ਤੁਸੀਂ ਕਿਤੇ ਅੰਮ੍ਰਿਤਸਰ ਸਾਹਿਬ ਆਓ, ਸ਼ਹੀਦਾਂ ਸਾਹਿਬ ਚੌਂਕ ਦੇ ਬਿਲਕੁਲ ਬਾਹਰ
ਖੰਡੇ ਵਾਲੇ ਚੌਂਕ 'ਚ ਜਿੱਥੇ ਕਿ ਇਹ ਦੋਵੇਂ ਜੀ ਕਿਰਤ ਕਰਦੇ ਨੇ ਫਾਸਟ ਫੂਡ ਦੀ ਰੋੜੀ ਰੇਹੜੀ ਲਗਾਉਂਦੇ ਨੇ ਅਤੇ ਇਹਨਾਂ ਦਾ ਉਸਤਤ ਫਾਸਟ ਫੂਡ ਰੇਹੜੀ ਨਾਂ ਰੱਖਿਆ ਗਿਆ ਵਾ। ਭੈਣ ਕਿਰਨ ਅਤੇ ਵੀਰ ਸਿਮਰਨ ਦੋਵੇਂ ਕੰਮ ਕਰਦੇ ਨੇ, ਦੋਵੇਂ ਜੀ ਅੰਮ੍ਰਿਤਸਰੋਂ 30 ਕਿਲੋਮੀਟਰ ਆ ਕੇ ਸਫ਼ਰ ਤੈਅ ਕਰਕੇ ਕੰਮ ਕਰਦੇ ਅਤੇ ਮਿਹਨਤ ਕਰਦੇ ਨੇ। ਸਾਡੀ ਵੀ ਦਰਸ਼ਕਾਂ ਨੂੰ ਅਪੀਲ ਆ, ਜਦੋਂ ਵੀ ਤੁਸੀਂ ਕਿਤੇ ਚੁਪਹਿਰਾ ਸਾਹਿਬ ਕੱਟਣ ਵਾਸਤੇ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਆਓ, ਇਸ ਜੋੜੀ ਨੂੰ ਜ਼ਰੂਰ ਮਿਲਿਓ। ਅੰਮ੍ਰਿਤਧਾਰੀ ਜੋੜੀ ਨੇ ਬੜੇ ਪਿਆਰ ਅਤੇ ਬੜੇ ਸਿਦਕ ਵਾਲੀ ਆ, ਬਾਬਾ ਜੀ ਦਾ ਨਾਮ ਧਰਨ ਵਾਲੀ ਆ। ਸਤਨਾਮ ਵਾਂਗੂ ਦਾ ਜਾਪ ਹਮੇਸ਼ਾ ਦੇ ਜਾਪ ਮੂੰਹ ਵਿੱਚ ਨਿਕਲਦਾ ਅਤੇ ਸੱਚੇ ਪਾਤਸ਼ਾਹ ਦੇ ਨਾਲ ਚੜ੍ਹਦੀ ਕਲਾ ਵਾਲੇ ਸਿੰਘ ਨੇ। ਇਸ ਕਰਕੇ ਤੁਸੀਂ ਹੋਰ ਵੀ ਜਗ੍ਹਾ ਤੋਂ ਆ ਕੇ ਖਾਂਦੇ ਜੇ ਭਾਈ, ਇਹਨਾਂ ਨੂੰ ਵੀ ਮੌਕਾ ਦਿਓ, ਕਿਉਂਕਿ ਆਪਣੇ ਬਾਲ ਬੱਚੇ ਪਾਲਣੇ ਨੇ, ਬੜੀ ਦੂਰ ਤੋਂ ਆ ਕੇ ਕਿਰਤ ਕਰਦੇ ਨੇ। ਸਾਡੀ ਦਰਸ਼ਕਾਂ ਨੂੰ ਅਪੀਲ ਆ, ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਜਿਹੜੇ ਕਿ ਗੁਰੂ ਅਤੇ ਬਾਣੀ ਨੂੰ ਜਿਹੜਾ ਪਿਆਰ ਕਰਦੇ ਨੇ। ਬਾਈ ਸਿਮਰਨ ਵੀ ਗੱਲਬਾਤ ਕਰਦੇ ਹਾਂ, ਬੜੀ ਮਿਹਨਤ ਕਰ ਰਿਹਾ ਵੀਰ ਸਿਮਰਨ ਬਾਈ, ਬੜੀ ਮਿਹਨਤ ਕਰਨੀ ਪੈਂਦੀ ਆ। ਅਸੀਂ ਦੇਖਿਆ ਅੱਗੇ ਇੱਥੇ ਆ ਜਾਓ। ਬੜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਦੱਸੋ ਵੀ ਸਰੀਰ 'ਤੇ ਬਹੁਤ ਸੋਹਣਾ ਬਣਾਇਆ ਬਾਬਾ ਜੀ ਦੀ ਚੜ੍ਹਦੀ ਕਲਾ ਵਾ, ਸੱਚੇ ਪਾਤਸ਼ਾਹ ਹਮੇਸ਼ਾ ਤੁਹਾਡੇ 'ਤੇ ਚੜ੍ਹਦੀ ਕਲਾ ਰੱਖਿਓ। ਇਸ ਤੋਂ ਪਹਿਲਾਂ ਕੀ ਕੰਮ ਕਰਦੇ ਰਹੇ ਸੀ ਅਤੇ ਹੁਣ ਕਿਉਂ ਇਹ ਕੰਮ ਕਰਨਾ ਪਿਆ? ਇਸ ਤੋਂ ਪਹਿਲਾਂ ਅਸੀਂ ਤਾਂ ਦੋਨਾਂ ਨੇ ਬਾਹਰ ਜਾਣਾ ਸੀ ਅਤੇ ਉੱਧਰ ਨਹੀਂ ਕੋਈ ਸਬੱਬ ਬਣਿਆ ਅਤੇ ਮੈਂ ਡਰਾਈਵਰੀ ਵੀ ਕੀਤੀ, ਗਨਮੈਨਿੰਗ ਦੀ ਵੀ ਜੋਬ ਕਰਦਾ ਰਿਹਾ ਅਤੇ ਮਤਲਬ ਲਗਾਤਾਰ 10 ਸਾਲ ਜੋਬ ਕੀਤੀ। ਹਾਂਜੀ, ਅਤੇ ਬਾਅਦ ਵਿੱਚ ਸਾਡੀ ਟਾਈਮਿੰਗ ਨਹੀਂ ਰਲਦੀ, ਕੋਈ ਕਿਸੇ ਵੇਲੇ ਕੋਈ ਸੈਲਰੀ ਲੇਟ ਹੋ ਗਈ ਜਾਂ ਕਿੱਦਾਂ, ਵੀ ਸਾਰਾ ਕੁਝ ਸਾਡੇ 'ਤੇ ਡਿਪੈਂਡ ਹੋ ਗਿਆ ਘਰ ਦਾ, ਮਤਲਬ ਦੋਨਾਂ ਜੀਆਂ ਦੇ ਉੱਤੇ ਹੀ ਸਾਰਾ ਕੁਛ। ਮਤਲਬ ਵੀ ਜੇ ਜਿਹੜੀ ਕੋਈ ਹੈਗੀ ਸਾਡੇ ਕੋਲ ਥੋੜ੍ਹਾ ਬਹੁਤ ਪੈਲੀ ਬੰਨਾ ਹੈਗਾ, ਉਹ ਅਸੀਂ ਸੇਲ ਕਰ ਬੈਠੇ ਹਾਂ ਬਾਹਰ ਖਾਂ ਬਾਹਰ ਜਾਣ ਦੇ ਚੱਕਰ 'ਚ, ਉਹ ਸਾਡੇ ਪੈਸੇ ਕਿਤੇ ਮਤਲਬ ਡੁੱਬ ਗਏ ਕਿਸੇ ਪਾਸੇ, ਅਤੇ ਇਸ ਕਰਕੇ ਨਹੀਂ ਗੋ ਜਾ ਪਾਏ। ਤੋ ਆਪਾਂ ਮਿਹਨਤ ਕਰਦੇ ਹਾਂ, ਇਹ ਵੀ ਕਰੀਏ, ਇਹਨੇ ਬਾਬੇ ਨੇ ਬਹੁਤ ਬਲ ਬਖਸ਼ਿਆ, ਇਸ ਕਰਕੇ ਮਿਹਨਤ ਤੋਂ ਨਹੀਂ ਭੱਜੀਦਾ। ਗੱਲ ਕਰੀਏ ਸਿਮਰਨ ਵੀਰ, ਖੰਡੇ ਦੇ ਬਾਪੂ ਦਾ ਕਹਿੰਦੇ ਬੜਾ ਸਹਾਰਾ ਵਾ, ਬਹੁਤ ਜ਼ਿਆਦਾ, ਕਹਿੰਦੇ ਜਿਹਦਾ ਕੋਈ ਨਹੀਂ ਬਾਂਹ ਫੜਦਾ ਉਹਦਾ ਖੰਡੇ ਵਾਲਾ ਬਾਂਹ ਫੜਦਾ ਅਤੇ ਬਾਂਹ ਛੱਡਦਾ ਨਹੀਂ ਆ, ਕਹਿੰਦਾ ਬੜਾ ਤਾਰ ਕੇ ਰੱਖ ਦਿੰਦਾ। ਅੱਜ ਤੱਕ ਜਿੰਨਾ ਲੋਕਾਂ ਨੇ ਖੰਡੇ ਵਾਲੇ ਕੋਲ ਮੰਗਿਆ ਉਹ ਕਦੀ ਖਾਲੀ ਨਹੀਂ ਗਿਆ, ਝੋਲੀਆਂ ਭਰ ਕੇ ਗਈਆਂ ਨੇ। ਤੁਸੀਂ ਤੇ ਉਹਦੀ ਨਗਰੀ 'ਚ ਜੇ ਉਹਦੇ ਰਾਜਾ ਵਿੱਚ ਜੇ, ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਬਿਲਕੁਲ ਜੀ, ਇਹਦੇ ਵਿੱਚ ਬਹੁਤ ਜ਼ਿਆਦਾ ਸੱਚਾਈ, ਸੰਗਤ ਸਾਨੂੰ ਇੰਨਾ ਪਿਆਰ ਦਿੰਦੀ ਹੈ ਨਾ, ਸੰਗਤ ਮਤਲਬ ਰਾਤ ਵੀ ਸਾਡੇ ਕੋਲ ਕਿਸੇ ਵੇਲੇ ਮਤਲਬ ਚੀਜ਼ ਸਾਡੇ ਕੋਲ ਵਾਧੇ ਪੈ ਜਾਂਦੀ, ਸ਼ਨੀਵਾਰ ਮਤਲਬ ਅੱਗੋਂ ਪਿੱਛੋਂ ਸਾਨੂੰ ਕਿਸੇ ਵੇਲੇ ਚੀਜ਼ ਜਿਹੜੀ ਆ ਮਤਲਬ ਨਹੀਂ ਕਿਸੇ ਵੇਲੇ ਲੱਗਦੀ ਤਾਂ ਉਹ ਸਾਨੂੰ ਮਤਲਬ ਡੰਪ ਕਰਨੀ ਪੈਂਦੀ, ਸੁੱਟਣੀ ਪੈਂਦੀ ਆ, ਨਹੀਂ ਤਾਂ ਸ਼ਨੀਵਾਰ ਤਕਰੀਬਨ ਸਾਡੀ ਲੱਗ ਜਾਂਦੀ ਆ ਜਿੱਦਣ ਚੁਪਹਿਰਾ ਸਾਹਿਬ ਹੁੰਦਾ। ਹਾਂਜੀ, ਸੰਗਤ ਤਾਂ ਇਹ ਸਾਥ ਦਿੰਦੀ ਆ ਪੂਰਾ। ਮੇਰਾ ਇੱਕ ਸਵਾਲ ਹੈ ਤੈਨੂੰ, ਹਮੇਸ਼ਾ ਪਤੀ ਦਾ ਹੁੰਦਾ ਵੀ ਆਪਣੀ ਪਤੀ ਨੂੰ ਸੁੱਖ ਦੇਵੇ, ਅਸੀਂ ਦੇਖਿਆ ਭੈਣ ਦੇ ਅੱਖਾਂ 'ਚੋਂ ਅੱਥਰੂ ਆ ਗਏ ਨੇ, ਕਿਉਂਕਿ ਬੜੀ ਵੱਡੀ ਪੋਸਟ ਸੀ, ਪ੍ਰਾਈਵੇਟ ਕੰਪਨੀ 'ਚ ਮੈਨੇਜਰ ਲੱਗੀ ਸੀ, ਥੱਲੇ ਕਈ ਇੰਪਲਾਈ ਕੰਮ ਕਰਦੇ ਸੀ ਏਸੀ ਥੱਲੇ, ਅਤੇ ਭੈਣ ਦੇ ਮੈਂ ਹੱਥ ਦੇਖ ਕੇ ਜਿਹਨਾਂ ਹੱਥਾਂ 'ਚ ਪੈਨ ਹੁੰਦਾ ਸੀ, ਅੱਜ ਉਹਨਾਂ ਹੱਥਾਂ ਦੇ ਨਾਲ ਇਹ ਚਾਂਪਾ ਬਣਾ ਰਹੀ ਆ, ਫਾਸਟ ਫੂਡ ਦਾ ਕੰਮ ਕਰ ਰਹੀ ਆ, ਕੀ ਕਹਿਣਾ ਚਾਹੁੰਦੇ ਤੇ? ਮੈਂ ਸਾਰਿਆਂ ਨੂੰ ਪਹਿਲਾਂ ਇਹਨਾਂ ਨੂੰ ਹੀ ਭੇਜਣਾ ਸੀ ਬਾਹਰ, ਅਤੇ ਮਤਲਬ ਜੋ ਵੀ ਚਲੋ ਅਸੀਂ ਆਪਣੇ 'ਚ ਭਲੇ ਵਾਸਤੇ ਕੀਤਾ, ਅੱਗੋਂ ਮਾਲਕ ਨੂੰ ਜੋ ਮਨਜ਼ੂਰ ਸੀ ਹੈ ਨਾ, ਅਤੇ ਅਸੀਂ ਇਹਨਾਂ ਇਹਦਾ ਤਾਂ ਬਹੁਤ ਮੈਨੂੰ ਸਾਥ ਆ ਮੇਰੇ ਨਾਲ, ਮਤਲਬ ਜਿੱਦਾਂ 2-4 ਬੰਦੇ ਰਲ ਕੇ ਕੰਮ ਕਰਦੇ ਹਾਂ, ਇਵੇਂ ਅਸੀਂ ਦੋਵੇਂ ਜੀ ਕੰਮ ਕਰਦੇ ਹਾਂ, ਮਤਲਬ ਜਿੱਦਾਂ ਚਾਰ ਬੰਦਿਆਂ ਦੇ ਬਰਾਬਰ ਦਾ ਕੰਮ ਅਸੀਂ ਦੋਨਾਂ ਜੀ ਕਰਦੇ ਹਾਂ, ਇਹਨੂੰ ਮੇਰਾ ਸਾਥ ਮੈਨੂੰ ਇਹਦਾ ਸਾਥ ਆ, ਅਸੀਂ ਬਸ ਇਹ ਇੱਕ ਦੂਜੇ ਦੀ ਲੰਮੀ ਉਮਰ ਅਸੀਂ ਮਨ ਮੰਗਦੇ ਹਾਂ ਵੀ ਸਾਡਾ ਸਾਥ ਬਣਿਆ ਰਹੇ ਬਸ ਇੱਦਾਂ। ਮੈਨੂੰ ਭੈਣ ਕਹਿੰਦੀ ਜਦੋਂ ਅਸੀਂ ਘਰ ਜਾਂਦੇ ਹਾਂ ਰਾਤ 2-3 ਵਜੇ, ਕਹਿੰਦੀ ਸਾਨੂੰ ਬੰਦੇ ਤਾਂ ਨਹੀਂ ਮਿਲਦੇ, ਸਾਨੂੰ ਕੁੱਤੇ ਜ਼ਰੂਰ ਮਿਲਦੇ ਨੇ, ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਬਿਲਕੁਲ ਠੀਕ ਹੈ ਜੀ, ਸਾਰੇ ਸ਼ਹਿਰ ਦੇ ਹੀ। ਹਾਂਜੀ, ਸਾਨੂੰ ਰਾਹ ਦੀ ਕੋਈ ਬੰਦਾ ਨਹੀਂ ਕਰਦਾ ਜੀ, ਹਾਂਜੀ ਬਸ ਮਹਾਰਾਜ ਦਾ ਨਾਮ ਲੈ ਜਪਦੇ ਜਾਈਦਾ, ਸਤਨਾਮ ਵਾਹਿਗੁਰੂ ਕਰਦੇ ਤੇ ਪਹੁੰਚ ਜੀਦਾ ਘਰ ਸਵੇਰ ਜਾਂਦੇ ਨੂੰ, ਬੱਚੇ ਸਕੂਲ ਗਏ ਸਕੂਲੇ ਹੁੰਦੇ ਜਿਹੜੇ ਵੇਲੇ ਨੂੰ ਉੱਠਣਾ ਹੁੰਦਾ, ਕਿਉਂਕਿ 2-2:30 ਵਜੇ ਜਾਂ ਵੱਜ ਜਾਂਦੇ ਸਾਨੂੰ ਅਤੇ ਉਹ ਸੌਂ ਵੀ ਜਾਂਦੇ ਆ,
ਬੱਚਿਆਂ ਨਾਲ ਕੇਵਲੇ ਮਤਲਬ ਖੇਡਣ ਨੂੰ ਹੀ ਨਹੀਂ ਦੋ ਦੋ ਤਿੰਨ ਤਿੰਨ ਦਿਨ ਮਿਲਦੇ, ਸਵੇਰੇ ਚਲ ਜਾਂਦੇ ਸਕੂਲੇ, ਜਿਹੜੇ ਟਾਈਮ ਨੂੰ ਅਸੀਂ ਆਉਣਾ ਹੁੰਦਾ ਉਹ ਟਾਈਮ ਨੂੰ ਸਕੂਲੋਂ ਆਉਂਦੇ ਆ। ਹਾਂਜੀ, ਤੋ ਫਿਰ ਸਿਮਰਨ ਵੀ ਸੁਨੇਹਾ ਕੀ ਦੇਣਾ ਚਾਹਾਂਗੇ ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਜਾਂ ਜਿੱਥੇ ਪੰਜਾਬ ਦੇ ਲੋਕ, ਪੂਰੇ ਪੰਜਾਬ ਭਰ ਦੇ ਲੋਕ ਇੱਥੇ ਜਗ੍ਹਾ 'ਤੇ ਆਉਂਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ 'ਚ, ਕੀ ਅਪੀਲ ਕੀ ਕਰਨਾ ਚਾਹੋਗੇ ਤੁਸੀਂ ਉਹਨਾਂ ਨੂੰ? ਮੈਂ ਬਸ ਇਹੋ ਕਹਿਣਾ ਚਾਹੁੰਦਾ, ਜ਼ਰੂਰੀ ਨਹੀਂ ਜੇ ਜਾਇਆ ਗਿਆ ਬਾਅਦ ਤੁਸੀਂ ਆਪਣਾ ਇੱਥੇ ਕੋਈ ਸੈਟਅਪ ਚਾਲੂ ਕਰੋ, ਮਾਂ ਸੰਗਤ ਤੁਹਾਡਾ ਜ਼ਰੂਰ ਸਾਥ, ਮਤਲਬ ਵਿਹਲੇ ਬਹਿਣ ਨਾਲੋਂ ਤਾਂ ਚੰਗਾ ਹੋਣਾ, ਵਿਹਲਾ ਮਨ ਸ਼ੈਤਾਨ ਦਾ ਘਰ ਹੈ, ਇਹ ਤਾਂ ਗੱਲ ਹੈਗੀ। ਅਤੇ ਕੰਮ ਕੋਈ ਵੀ ਚੰਗਾ ਮਾੜਾ ਨਹੀਂ ਹੁੰਦਾ, ਸਾਰੇ ਕੰਮ ਮਤਲਬ ਨੀਵੇਂ ਪਾਣੀ ਜਿਹੜਾ ਹਮੇਸ਼ਾ ਨਵਾਉਣ ਵੱਲ ਨੂੰ ਤਾਂ ਚੱਲਦਾ ਵਾ, ਸੋ ਇਸ ਕਰਕੇ ਫਲ ਵੀ ਨੀਵੇਂ ਅਨੁੱਖਾਂ ਨੂੰ ਹੀ ਲੱਗਦੇ ਆ ਜੀ। ਜੇ ਉਹ ਵਧੀਆ ਦਿਨ ਵੀ ਮਹਾਰਾਜ ਨੇ ਉਹ ਵੀ ਕੱਢੇ ਆ, ਮਹਾਰਾਜ ਨੇ ਇਹ ਵੀ ਕੱਢਣੇ, ਦਿਨ ਸਾਰੇ ਇੱਕੋ ਜਿਹੇ ਨਹੀਂ ਰਹਿੰਦੇ। ਹਾਂਜੀ, ਦੱਸ ਵੀ ਭੈਣ ਦਾ ਜੇ ਮੈਂ ਗੱਲਬਾਤ ਕੀਤੀ ਰਿਸ਼ਤੇਦਾਰਾਂ ਦੀ, ਤਾਂ ਭੈਣ ਦਾ ਮਨ ਭਰ ਆਇਆ, ਬਿਲਕੁਲ ਜੀ, ਹੈ ਇਹਦੇ ਵਿੱਚ ਕਿੰਨੀ ਸੱਚਾਈ ਹੈ? ਕਹਿੰਦੇ ਬੜੇ ਵੱਡੇ ਪਰਿਵਾਰ 'ਚੋਂ ਆ, ਬੜੇ ਸਰਦਾਰਾਂ ਦੇ ਪਰਿਵਾਰ 'ਚੋਂ ਆ, ਪਰ ਅੱਜ ਮਜਬੂਰੀ ਆ, ਚਲੋ ਕਿਰਤ ਕਰ ਰਹੇ ਆ, ਮਜਬੂਰੀ ਨਹੀਂ ਕਹਿ ਸਕਦਾ, ਕਿਰਤ ਕਰ ਰਹੇ ਆ, ਮਿਹਨਤ ਦਾ ਕੋਈ ਡਰ ਨਹੀਂ ਆ, ਪਰ ਜਿਹੜੇ ਰਿਸ਼ਤੇਦਾਰ ਭੈਣ ਭਰਾ ਮੂੰਹ ਮੋੜ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਭਾਈ? ਬਿਲਕੁਲ, ਸਾਡੇ ਇੱਥੋਂ ਮਤਲਬ ਕਿਲੋਮੀਟਰ ਵੀ ਨਹੀਂ ਆ, ਮਤਲਬ ਚਾਰ ਪੰਜ ਸਾਰੀ ਰਿਸ਼ਤੇਦਾਰੀ ਮਤਲਬ ਅੰਮ੍ਰਿਤਸਰ ਦੇ ਵਿੱਚ ਆ, ਮਤਲਬ ਰਾਤ ਨੂੰ ਸਾਨੂੰ ਫੋਨ ਆ ਜਾਂਦਾ ਕਿ ਕਿਸੇ ਵੀ ਆ ਜੇ ਵੀ ਤੁਸੀਂ ਟਾਈਮ ਨਾਲ ਘਰ ਚਲ ਜਾਓ, ਮਤਲਬ ਇੱਧਰ ਨਾ ਆ ਜਾਓ, ਸਾਡੇ ਵੱਲ ਨਾ ਆ ਜਾਓ, ਅਤੇ ਫਿਰ ਆਏ ਵੈਸੇ ਵੀ ਜਾਂਦੇ ਹੀ ਨਹੀਂ। ਚਲੋ ਸੋਚੀਦਾ ਵੀ ਜਿਹੜਾ ਵੇਲਾ ਘੜੀ ਦੋ ਚਾਰ ਮਿੰਟ ਤੋਂ ਬੱਚਿਆਂ ਦੇ ਵਿੱਚ ਖੇਡ ਮਲ ਗਿਆ ਜੀ, ਅਤੇ ਚਲੋ ਹਾਂ ਉਹ ਬੜਾ ਮਨ, ਬਾਬਾ ਜੀ ਦਾ ਬਹੁਤ ਸਾਥ, ਬਾਬਾ ਜੀ ਕੋਲ ਮੰਗੀਦਾ ਕਿ ਬੰਦੇ ਕੋਲ ਕਿਤੇ ਕੌਣ ਦੇ ਸਕਦਾ ਜੀ। ਪਰ ਕਿਉਂਕਿ ਲੱਗਦਾ ਨਹੀਂ ਵੀ ਸਿਮਰਨ ਵੀ ਰਿਸ਼ਤੇਦਾਰੀ ਜਿਹੜੀ ਆ ਚੰਗੇ ਸਮੇਂ ਦੀ ਆ, ਮਾੜੇ ਸਮੇਂ ਦੀ ਕੋਈ ਰਿਸ਼ਤੇਦਾਰੀ ਨਹੀਂ ਆ? ਨਹੀਂ ਜੀ, ਇਹ ਤਾਂ ਗੱਲ ਬਿਲਕੁਲ ਸੱਚ ਹੈ ਜੀ, ਸੱਚਾਈ ਆ ਅਟਲ, ਮਤਲਬ ਜੇ ਤਾਂ ਪੈਸਾ ਹੈਗਾ ਤਾਂ ਫਿਰ ਰਿਸ਼ਤੇਦਾਰ ਵੀ ਤੁਹਾਨੂੰ ਖੜ ਕੇ ਜਾਣਗੇ ਤੁਹਾਡੇ ਕੋਲ ਬੁਲਾ ਕੇ, ਰੇਹੜੀ ਦੀ ਜਗ੍ਹਾ ਕੋਈ ਹੋਟਲ ਖੋਲਿਆ ਹੁੰਦਾ ਤਾਂ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਆਉਣਾ ਹੈ, ਅਤੇ ਹੁਣ ਇਹ ਆ ਵੀ ਸਾਡੇ ਕੋਲ ਅਜੇ ਕਾਰਡ ਆ, ਅਤੇ ਉਹ ਇਸ ਗੱਲ ਸੰਗਤ ਨੇ, ਸੰਗਤ ਬਹੁਤ ਸਾਥ ਦਿੰਦੀ ਸਾਡਾ, ਦੂਰੋਂ ਦੂਰੋਂ ਬਾਹਰੋਂ ਵੀ ਲੋਕ ਆਉਂਦੇ, ਬਾਹਰੋਂ ਵੀ ਦੁਨੀਆ ਬੋਲੀ ਸੰਗਤ ਆਉਂਦੀ ਸਾਡੇ ਕੋਲ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਇਹ ਸੀ ਗੱਲਬਾਤ ਦੀ ਗੁਰਸਿੱਖ ਜੋੜੀ ਨਾਲ। ਤੁਸੀਂ ਦੇਖਿਆ ਬੜਾ ਮਨ ਵੀ ਭਰ ਆਇਆ, ਬੜੀ ਮਿਹਨਤ ਕਰਨੀ ਪੈਂਦੀ ਹੈ ਪਰਿਵਾਰ ਨੂੰ ਰੋਜ਼ੀ ਰੋਟੀ ਵਾਸਤੇ, ਇਸ ਕਰਕੇ ਪੰਜਾਬੀਓ, ਪੰਜਾਬੀ ਦਾ ਸਾਥ ਜ਼ਰੂਰ ਦਿਆ ਕਰੋ। ਅਸੀਂ ਦੇਖੇ ਹਾਂ ਵੀ ਜ਼ਿਆਦਾਤਰ ਪ੍ਰਵਾਸੀਆਂ ਦੀ ਰੇਹੜੀਆਂ ਉੱਤੇ ਬੜਾ ਰਸ਼ ਪਿਆ ਹੁੰਦਾ, ਅਤੇ ਪੰਜਾਬੀ ਵੀ ਸਾਡੇ ਵਿਹਲੇ ਬੈਠੇ ਹੁੰਦੇ ਨੇ, ਪਰ ਤੁਸੀਂ ਦੇਖ ਸਕਦੇ ਹੋ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਵਾਸਤੇ ਅੰਮ੍ਰਿਤਸਰੋਂ 30 ਕਿਲੋਮੀਟਰ ਸਫ਼ਰ ਤੈਅ ਕਰਕੇ ਰਾਤੀ 2-2 ਵੱਜ ਜਾਂਦੇ ਨੇ, 3-3 ਵੱਜ ਜਾਂਦੇ ਨੇ, ਸਾਰਾ ਪਿੰਡ ਸੁੱਤਾ ਹੁੰਦਾ, ਅਤੇ ਫਿਰ ਜਾ ਕੇ ਘਰ ਜਾਂਦੇ ਨੇ, ਅਤੇ ਜਦੋਂ ਸਵੇਰੇ ਉੱਠਦੇ ਨੇ ਤਾਂ ਬੱਚੇ ਸਕੂਲ ਗਏ ਹੁੰਦੇ ਨੇ। ਵੀਰ ਦਾ ਕਹਿਣਾ ਵੀ 4-4, 5-5 ਦਿਨ ਤਾਂ ਬੱਚਿਆਂ ਨੂੰ ਮੇਲ ਹੀ ਨਹੀਂ ਹੁੰਦਾ, ਇਸ ਕਰਕੇ ਤੁਹਾਡੇ ਸਾਥ ਦੀ ਲੋੜ ਆ, ਮਿਹਨਤ ਕਰ ਰਹੇ ਨੇ, ਕਿਰਤ ਕਰ ਰਹੇ ਨੇ, ਇਹਨਾਂ ਦਾ ਸਾਥ ਦਿਓ। ਮੈਂ ਤੁਹਾਨੂੰ ਪਤਾ ਜ਼ਰੂਰ ਸਮਝਾ ਦਾਂਗਾ ਵੀਰ ਜੀ ਕੋ, ਵੀਰ ਜੀ ਆਪਣੀ ਕਾਰਡ ਦਾ ਪਤਾ ਜ਼ਰੂਰ ਦੱਸ ਦਿਓ, ਜਿਹੜੀ ਸੰਗਤ ਨੇ ਤੁਹਾਡੇ ਕੋਲ ਆਉਣਾ ਹੋਵੇ, ਕਿਹੜੀ ਜਗ੍ਹਾ 'ਤੇ ਆਉਣ, ਕੀ ਟਾਈਮਿੰਗ ਕੀ ਹੋਵੇ ਤੁਹਾਡੀ? ਅੱਛਾ, ਸਾਰਿਆਂ ਨੂੰ ਪਤਾ ਹੀ ਆ ਕਿ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ, ਟਰਨ ਕਰਕੇ ਤਰਨ ਤਾਰਨ ਰੋਡ ਨੂੰ ਮੂੰਹ ਕਰਕੇ, ਅਤੇ ਬਸ ਦੇਵ ਦੁਰਗਾ ਆਈਸਕ੍ਰੀਮ ਬਾਬਾ ਖੜਕ ਸਿੰਘ ਸਕੂਲ ਦੇ ਬਿਲਕੁਲ ਓਪੋਜ਼ਿਟ, ਸਾਡੀ ਕਾਰਡ ਦੇਵ ਦੁਰਗਾ ਆਈਸਕ੍ਰੀਮ ਵਾਲਿਆਂ ਦੇ ਨਾਲ, ਮਤਲਬ ਬੁਲਾਰੀ ਟਾਈਮਿੰਗ ਸਾਡੀ ਹੈਗੀ ਹੈ ਜੀ 2 ਵਜੇ ਤੋਂ ਲੈ ਕੇ ਰਾਤ ਜਦੋਂ ਤੱਕ ਸਮਾਨ ਹੁੰਦਾ ਸਾਡੇ ਕੋਲ। ਹਾਂਜੀ, ਵੀ ਇਹਦਾ ਕਿਹਾ ਵੀ ਦੁਪਹਿਰੇ 2 ਵਜੇ ਤੋਂ ਲੈ ਕੇ ਅਤੇ ਰਾਤ ਜਦੋਂ ਦਿਨ ਹੀ ਚੜ ਜਾਂਦਾ, ਮਤਲਬ ਵੀ ਦਿਵੇ ਘਰ ਸਵੇਰ ਦੇ 2 ਵੱਜ ਜਾਂਦੇ ਉਦੋਂ ਤੱਕ ਇਹ ਆ, ਇਸ ਕਰਕੇ ਦਰਸ਼ਕੋ ਪੰਜਾਬੀਓ ਸਾਥ ਦਿਆ ਕਰੋ, ਪੰਜਾਬੀਆਂ ਦਾ ਹਮੇਸ਼ਾ ਸਾਥ ਦਿਆ ਕਰੋ, ਕਿਉਂਕਿ ਸਾਡੇ ਭੈਣ ਭਰਾ ਨੇ ਸਾਡੇ, ਜੇ ਅਸੀਂ ਨਹੀਂ ਸਾਥ ਦੇਵਾਂਗੇ ਤਾਂ ਕੌਣ ਇਹਨਾਂ ਸਾਥ ਦਊਗਾ? ਹੁਣ ਦੇਖਣਾ ਹੋਵੇਗਾ ਵੀ ਇਹਨਾਂ ਦੀ ਰੇਹੜੀ ਉੱਤੇ ਹੁਣ ਸਾਡੇ ਪੰਜਾਬੀ ਵੀਰ ਕਿਹੜੇ ਕਿਹੜੇ ਆਉਂਦੇ ਨੇ, ਅਤੇ ਜ਼ਰੂਰ ਕਮੈਂਟ ਬਾਕਸ 'ਚ ਦੱਸਿਓ ਆਪਣਾ ਜਵਾਬ ਦਿਓ, ਅਤੇ ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੀਏ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।